ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ Meet Academy ਦੇ ਉਤੇ ਅੱਜ ਦੀ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਕੁਝ ਵੈਕੈਂਸੀ ਜਿਹੜੀਆਂ ਉਹ ਆਊਟ ਕਰਿਆ ਗਏ ਆ ਪੰਜਾਬ ਦੇ ਵਿੱਚ ਪਟਵਾਰੀ ਰਿਕਰੂਟਮੈਂਟ ਦੇ ਨਾਲ ਨਾਲ ਹੋਰ ਵੀ ਵੈਕੈਂਸੀਸ ਆ ਜਿਹਨਾਂ ਨੂੰ ਆਊਟ ਕਰ ਦਿੱਤਾ ਗਿਆ ਆ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੀ ਕਿਵੇਂ ਅਪਲਾਈ ਕਰਨਾ ਕਿਹੜੀ ਕਿਹੜੀ ਪੋਸਟਾਂ ਨੂੰ ਆਊਟ ਕੀਤਾ ਗਿਆ ਹੈ ਕਿਹੜੀ ਪੋਸਟ ਲਈ ਕੀ ਕੁਆਲਿਫੀਕੇਸ਼ਨ ਹੈ ਅਤੇ ਕੀ ਸੈਲਰੀ ਦੱਸੀ ਗਈ ਹੈ ਸੋ ਅਪਲਾਈ ਕਰਨਾ ਵੀ ਸ਼ੁਰੂ ਹੋ ਚੁੱਕਿਆ ਹੈ ਮੈਂ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੀ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਇਸੇ ਤਰ੍ਹਾਂ ਚਾਹੁੰਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਵੈਕੈਂਸੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਵੇ ਉਹ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਇਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਵੀ ਲਗਭਗ 3 ਨਵੇਂ ਨੋਟੀਫਿਕੇਸ਼ਨ ਆਊਟ ਕੀਤੇ ਜਾ ਚੁੱਕੇ ਆ ਜੇਕਰ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਵੀਡੀਓ ਨਹੀਂ ਦੇਖ ਸਕੇ ਸੀਗਾ ਤਾਂ ਚੈਨਲ ਤੇ ਵੀਡੀਓ ਅਵੇਲੇਬਲ ਹੈ ਤੁਸੀਂ ਉਹਨਾਂ ਨੂੰ ਚੈੱਕ ਕਰ ਸਕਦੇ ਆ ਤੇ ਸਾਡੀ ਆਫੀਸ਼ੀਅਲ ਸਾਈਟ ਤੇ ਵੀ ਜਾ ਕੇ ਤੁਹਾਨੂੰ ਇਨਫੋਰਮੇਸ਼ਨ ਮਿਲ ਜੂਗੀ ਜਿਹੜੀਆਂ ਇਸ ਤੋਂ ਇਲਾਵਾ ਪੰਜਾਬ ਦੀਆਂ ਵੈਕੈਂਸੀਜ਼ ਆਈਆਂ ਉਹਦੀ ਵੀ ਤੇ ਸੈਂਟਰਲ ਗਵਰਨਮੈਂਟ ਦੀਆਂ ਵੀਕੈਂਸੀਜ਼ ਆਊਟ ਕੀਤੇ ਗਏ ਆ ਉਹ ਵੀ ਮੈਂ ਆਪਣੀ ਆਫੀਸ਼ੀਅਲ ਸਾਈਟ ਤੇ ਹ ਦੇ ਵਿੱਚ 8ਵੀਂ ਪਾਸ 10ਵੀਂ 12ਵੀਂ ਗ੍ਰੈਜੂਏਸ਼ਨ ਡਿਪਲੋਮਾ ਡਿਗਰੀ ਲਈ ਵੈਕੈਂਸੀਸ ਆਊਟ ਕੀਤੇ ਗਏ ਆ ਸਾਡੀ ਅਫੀਸ਼ੀਅਲ ਵੈਬਸਾਈਟ www.clory.com ਜਿੱਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜਾਊਗਾ ਤੁਸੀਂ ਸਕਰੀਨ ਤੇ ਵੈਬਸਾਈਟ ਵੀ ਦੇਖ ਸਕਦੇ ਆ ਤੁਸੀਂ ਚਾਹੋ ਇਹਨੂੰ ਸਿੱਧਾ ਤੁਸੀਂ Google ਤੇ ਟਾਈਪ ਕਰ ਸਕਦੇ ਹੋ ਫਸਟ ਟਾਈਮ ਪਰ ਤੁਹਾਨੂੰ ਸਾਡੀ ਸਾਈਟ ਮਿਲ ਜਾਊਗੀ ਚਲੋ ਬਿਨਾਂ ਟਾਈ ਵਸ ਕਿਤੇ ਆਪਾਂ ਗੱਲ ਕਰਾਂਗੇ ਕਿਹੜੀ ਕਿਹੜੀ ਵੈਕੈਂਸੀਸ ਆਊਟ ਕੀਤੇ ਗਏ ਆ ਦੇਖ ਸਕਦੇ ਆਪਾਂ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਆ ਚੁੱਕੇ ਆ ਜਿਸ ਦਾ ਲਿੰਕ ਵੀ ਤੁਹਾਨੂੰ ਮੈਂ ਇਸ ਵੀਡੀਓ ਦੇ ਡਿਸਕ੍ਰਿ ਉਹਦੇ ਵਾਸਤੇ ਸੈਲਰੀ ਜਿਹੜੀ ਹੈ 37000 ਤੋਂ ਲੈ ਕੇ 60000 ਪਲੱਸ ਤੁਹਾਡਾ ਗ੍ਰੇਡ ਪੇ 10000 ਰੁਪਏ ਪਲੱਸ 2000 ਜਿਹੜਾ ਅਦਰ ਅਲੋਇੰਸ ਤੁਹਾਨੂੰ ਪੇ ਕੀਤਾ ਜਾਊਗਾ ਉਹ ਜਿਹੜੀ ਸੀਰੀਅਲ ਨੰਬਰ 1 ਦੀ ਇਹ ਪੋਸਟ ਹੈ ਇਹਦੇ ਵਾਸਤੇ ਫ੍ਰੀ ਅਕਮੋਡੇਸ਼ਨ ਵੀ ਤੁਹਾਨੂੰ ਪ੍ਰੋਵਾਈਡ ਕਰੀ ਜਾਵੇਗੀ ਠੀਕ ਹੈ ਉਸ ਤੋਂ ਬਾਅਦ ਸੀਰੀਅਲ ਨੰਬਰ ਸੈਕਿੰਡ ਐਂਡ ਥਰਡ ਦੇ ਲਈ ਵੀ ਸੇਮ ਸੈਲਰੀ ਸੇਮ ਗ੍ਰੇਡ ਪੇ ਆ ਪਲੱਸ ਇਹਦੇ ਵਿੱਚ ਜਿਹੜਾ 800 ਰੁਪਏ ਤੁਹਾਨੂੰ ਜਿਹੜਾ ਸਪੈਸ਼ਲ ਅਲੋਇੰਸ ਉਹ ਦਿੱਤਾ ਜਾਊਗਾ ਉਸ ਤੋਂ ਬਾਅਦ 4 ਤੋਂ 13 ਸੀਰੀਅਲ ਨੰਬਰ ਦੇ ਲਈ 15600 ਤੋਂ ਲੈ ਕੇ 39100 ਪਲਸ AGP ਤੁਹਾਨੂੰ ਜਿਹੜਾ 6000 ਰੁਪਏ ਜਿਹੜਾ ਪਰ ਮੰਥ ਪੇ ਕੀਤਾ ਜਾਵੇਗਾ ਸੀਰੀਅਲ ਨੰਬਰ 14 ਅਤੇ 15 ਦੇ ਲਈ ਸੈਲਰੀ ਸੇਮ ਆ 15600 ਤੋਂ ਲੈ ਕੇ 39100 ਪਲਸ ਗ੍ਰੇਡ ਪੇ ਜਿਹੜਾ ਉਹ ਲਾਗਾ 7600 ਹੈ ਠੀਕ ਹੈ ਤੇ ਇਨੀਸ਼ੀਅਲ ਸਟਾਰਟਿੰਗ ਜਿਹੜੀ ਆ ਉਹ 31320 ਪਰ ਮੰਥ ਤੁਹਾਨੂੰ ਰਹੇਗੀ 16 ਅਤੇ ਸਾਰਾ ਪੋਸਟ ਵਾਸਤੇ ਜਿਹੜੀ ਆ 9300 ਤੋਂ ਲੈ ਕੇ 34800 ਪਲਸ 4200 ਗ੍ਰੇਡ ਪੇ ਪਰ ਮੰਥ ਤੁਹਾਨੂੰ ਦਿੱਤਾ ਜਾਊਗਾ ਸਿਰ ਨੰਬਰ 18 ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਾਸਤੇ 10300 ਤੋਂ ਲੈ ਕੇ 34800 3200 ਤੁਹਾਡਾ ਗ੍ਰੇਡ ਵੇ ਪਰ ਮੰਥ ਰਹੇਗਾ ਸਿਰ ਨੰਬਰ 19 ਅਤੇ 20 ਵਾਸਤੇ 5910 ਤੋਂ ਲੈ ਕੇ 20200 ਤੁਹਾਡਾ 1900 ਗ੍ਰੇਡ पे ਦੱਸ ਦਿੱਤਾ ਗਿਆ ਹੈ ਉਨਾ ਪਗਾਲ ਕਰਾਂਗੇ ਅਦਰ ਇਲੀਜੀਬਿਲਟੀ ਦੀ ਕਿਆ ਕੁਆਲਿਫਿਕੇਸ਼ਨ ਹੈ ਕਿਹੜੀ ਪੋਸਟ ਲਈ ਔਰ ਕਿਆ ਐਪਲੀਕੇਸ਼ਨ ਦੀ ਫੀ ਹੈ ਬਰੀਫ ਚ ਤੁਹਾਨੂੰ ਮੈਂ ਦੱਸਦੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਐਪਲੀਕੇਸ਼ਨ ਦੀ ਜਿਹੜੀ ਫੀਸ ਹੈ ਐਪਲੀਕੇਸ਼ਨ ਦੀ ਫੀ ਇਨਾਂ ਨੇ ਸੀਰੀਅਲ ਨੰਬਰ 1 ਅਤੇ 3 ਵਾਸਤੇ ਜਿਹੜੀ ਦੱਸੀ ਹੋਈ ਹੈ 300 ਪਲੱਸ ਜਿਹੜੇ 300 ਰੁਪਏ ਤੁਹਾਡੇ ਕੋਸਟ ਹੈ ਐਪਲੀਕੇਸ਼ਨ ਫਾਰਮ ਦੇ ਤੇ ਫੀਸ ਦੀ ਜਿਹੜੀ ਡਿਪੋਜ਼ਿਟ ਦੀ ਹੈਗੀ ਆ ਉਹ 800 ਯਾਨੀ ਕਿ ਓਵਰਆਲ ਤੁਹਾਡੇ 1100 ਰਵੇਗੀ 4 ਤੋਂ 15 ਸੀਰੀਅਲ ਨੰਬਰ ਦੇ ਲਈ ਜਿਹੜੀ ਆ ਉਹ 800 ਰੁਪਏ ਤੁਹਾਡੀ ਐਪਲੀਕੇਸ਼ਨ ਦੀ ਫੀ ਹੈ ਔਰ 16 ਤੋਂ 18 ਦੇ 19 ਤੋਂ 20 ਤੱਕ ਜਿਹੜੀ ਹੈ ਉਹਦੇ ਹੈਗੇ 300 ਰੁਪਏ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕਿਹੜੀ ਕਿਹੜੀ ਵੈਕੈਂਸੀ ਆਊਟ ਕੀਤੀ ਗਈ ਹੈ ਇਹਦੇ ਵਿੱਚ ਹਰ ਕੁਆਲਿਫੀਕੇਸ਼ਨ ਦੇ ਹਿਸਾਬ ਨਾਲ ਵੈਕੈਂਸੀਸ ਆ 10ਵੀਂ 12ਵੀਂ ਗ੍ਰੈਜੂਏਸ਼ਨ ਡਿਪਲੋਮਾ ਡਿਗਰੀ ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਕੰਟਰੋਲਰ ਦੀ ਹੈ ਥੈਨ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਦੀ ਹੈ ਐਡੀਸ਼ਨਲ ਡਾਇਰੈਕਟਰ ਆਫ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਵੀ ਰਿਕਰੂਟਮੈਂਟ ਜਿਹੜੀ ਆਊਟ ਕੀਤੀ ਗਈ ਹੈ ਤੇ ਇਹਦੇ ਨਾਲ ਨਾਲ ਤੁਹਾਨੂੰ ਮੈਂ ਪਹਿਲਾਂ ਦਿਖਾ ਦਿੰਦੇ ਪਟਵਾਰੀ ਦੀ ਰਿਕਰੂਟਮੈਂਟ ਵੀ ਆ ਪਟਵਾਰੀ ਕਾਰਪੈਂਟਰ ਯਾਨੀ ਕਿ ਇਹਦੇ ਵਾਸਤੇ ਜਿਹੜੇ ਗ੍ਰੈਜੂਏਸ਼ਨ ਆਈਟੀ ਵਾਲੇ ਵੀ ਜਿਹੜੇ ਐਲੀਜੀਬ ਪ੍ਰੋਗਰਾਮ ਅਸਿਸਟੈਂਟ ਵੀ ਹੈ ਕਾਫੀ ਸਾਰੀ ਵੈਕੈਂਸੀਜ਼ ਆ ਜਿਨ੍ਹਾਂ ਨੂੰ ਆਊਟ ਕਰ ਦਿੱਤਾ ਗਿਆ ਹੈ ਤੁਸੀਂ ਆਪਣੇ ਅਕੋਰਡਿੰਗਲੀ ਚੈੱਕ ਵੀ ਜ਼ਰੂਰ ਕਰ ਲੈਣਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਦਿੱਤਾ ਹੈ ਆਖਰੀ ਤਰੀਕ ਅਪਲਾਈ ਕਰਨ ਦੀ ਹੈ 27 ਅਕਤੂਬਰ 2020 ਤੁਹਾਡਾ ਕੋਈ ਡਾਊਟ ਹੋਊਗਾ ਕੁਝ ਸਮਝ ਨਹੀਂ ਆ ਰਿਹਾ ਕਮੈਂਟ ਕਰਕੇ ਜ਼ਰੂਰ ਪੁੱਛਿਓ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ